ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਇਆ ਮਾਰਵਾੜੀ ਘੋੜੀ ਜਿਹੜੀ ਫॉर ਸੇਲ ਆ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਘੋੜੀ ਦੀ ਸਭ ਤੋਂ ਪਹਿਲਾਂ ਦੋਸਤੋ ਬਹੁਤ-ਬਹੁਤ ਸਵਾਗਤ ਆ ਆਪਣੇ YouTube ਚੈਨਲ ਤੇ ਜਿਹੜੇ ਦੋਸਤ ਨਵੇਂ ਜੁੜੇ ਆ ਆਪਣੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ Facebook ਤੇ ਵੀਡੀਓ ਦੇਖਣ ਵਾਲੇ ਫੋਲੋ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਮਿਲ ਸਕੇ ਆਜੋ ਹੁਣ ਆਪਾਂ ਇਸ ਘੋੜੀ ਦੀ ਸਾਰੀ ਡਿਟੇਲ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਕੋੜ ਦੀ ਮਾਰਕਿੰਗ ਮੱਥੇ ਫੁੱਲ ਤੇ ਬੁੱਲ ਤੇ ਨਿਸ਼ਾਨ ਆ ਤਿਲਕ ਤੋੜਾ ਬਾਕੀ ਸਾਰੀ ਘੋੜੀ ਆ ਜਿਹੜੀ ਇਹ ਜੈਡ ਬਲੈਕ ਘੋੜੀ ਸਾਊਸੀਲ ਬਹੁਤ ਆ ਤੇ ਚਾਲ ਦੀ ਵੀ ਪਾਸ ਆ ਉਹ ਅੱਗੇ ਵੀਡੀਓ ਚ ਦਿਖਾਵਾਂਗੇ ਆਪਾਂ ਤੁਹਾਨੂੰ ਘੋੜੀ ਦੀ ਜਿਹੜੀ ਹਾਈਟ ਆ ਉਹ 59 ਇੰਚ ਆ ਚਾਲਾਂ ਇਹ ਘੋੜੀ ਸਾਰੀ ਤੁਰਦੀ ਆ ਅਰੇਵੀਆ ਰਹਾਲ ਆਸੀਂ ਥੋੜੀ ਜਿਹੀ ਜਗ੍ਹਾ ਦੇ ਵਿੱਚ ਵੀਡੀਓ ਬਣਾਈ ਆ ਇਹ ਨਹੀਂ ਕਰੀ ਵਾਰ ਜੇ ਘੋੜੀ ਰੇਵੀਆ ਤੋਰਨੀ ਹੋਵੇ ਤਾਂ ਆਪਾਂ ਨੂੰ ਥੋੜੀ ਗਰਮ ਕਰਨੀ ਬੈਂਦੇ ਘੋੜੀ ਪਰ ਇਹ ਜੀ ਗੱਲ ਨਹੀਂ ਸੀ ਅਸੀਂ ਥੋੜੀ ਜੀ ਜਗ੍ਹਾ ਦੇ ਵਿੱਚ ਇਹਦੀ ਵੀਡੀਓ ਬਣਾਤੀ ਤੇ ਥੋੜੇ ਟਾਈਮ 'ਚ ਇਹਨੇ ਬਹੁਤ ਸੋਹਣੇ ਸ਼ਾਟ ਦੇਤੇ ਘੋੜੀ ਨੇ ਤੁਰਦੀ ਬਹੁਤ ਸੋਹਣਾ ਇਹ ਤੇ ਦੂਜੀ ਗੱਲ ਸਾਊਸੀਲ ਘੋੜੀ ਆ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿੰਨਾ ਇਹ ਘੋੜੀ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮਾਰਵਾੜੀ ਘੋੜੇ ਰਾਜਵੰਸ਼ ਤੋਂ ਜਿਹੜਾ ਕਿ ਨਿਊ ਤੂਫਾਨ ਦਾ ਨਿਊ ਤੂਫਾਨ ਅੱਗੇ ਰਾਜ ਹੰਸ ਦਾ ਬਾਦਰਾ ਵਾਲੇ ਦਾ ਉਸ ਘੋੜੇ ਤੋਂ ਇਹ 3 ਮਹੀਨਿਆਂ ਦੀ ਚੱਕਬਾਸਾ ਘੋੜੀ ਚਾਲਾਂ ਤੁਸੀਂ ਦੇਖ ਹੀ ਰਹੇ ਹੋ ਰੇਵੀਆ ਵੀ ਬਹੁਤ ਸੋਹਣਾ ਤੁਰਦੀ ਆ ਤੇ ਛੋਟੀ ਚਾਲ ਵੀ ਬਹੁਤ ਸੋਹਣਾ ਤੁਰਦੀ ਹੈ ਇਹ ਜਿਹਦੀ ਆਪਾਂ ਹਾਈਟ ਦੀ ਗੱਲ ਕਰੀਏ ਹਾਈਟ ਹੈਗੀ ਇਹਦੀ 59 ਇੰਚ ਆ ਬਾਕੀ ਬਾਬਾ ਜੀ ਦਾ ਨੰਬਰ ਮੈਂ ਤੁਹਾਨੂੰ ਵੀਡੀਓ ਚ ਦੇਤਾ ਤੇ ਐਡਰੈਸ ਜ਼ਰੂਰ ਨੋਟ ਕਰ ਲਓ ਪਿੰਡ ਦਲਦੀ ਜਿਹੜਾ ਦਲਦੀ ਪਿੰਡ ਦਾ ਗੁਰਦੁਆਰਾ ਸਾਹਿਬ ਆ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਘੋੜੀ ਖੜੀ ਆ ਬਿਲਕੁਲ ਰੋਡ ਦੇ ਉੱਪਰ ਆ ਜਦੋਂ ਨਾਪੇ ਤੋਂ ਆਪਾਂ ਮਲੇਰਕੋਟਲੇ ਨੂੰ ਜਾਂਦੇ ਆ ਤਾਂ ਨਾਬਾ ਨਿਕਲਣ ਸਾਰੀ ਜਿੱਥੇ ਆਪਣੀ ਮੰਡੀ ਲੱਗਦੀ ਹੁੰਦੀ ਆ ਪਸ਼ੂ ਮੰਡੀ ਘੋੜਿਆਂ ਦੀ ਤੇ ਉਹਦੇ ਬਿਲਕੁਲ ਨਾਲ ਹੀ ਆ ਅੱਧਾ ਕਿਲੋਮੀਟਰ ਦੇ ਫਰਕ ਤੇ ਗੁਰਦੁਆਰਾ ਸਾਹਿਬ ਉੱਪਰ ਬਣਿਆ ਹੋਇਆ ਉਸੇ ਸਾਈਡ ਤੇ ਉੱਥੇ ਇਹ ਘੋੜੀ ਖੜੀ ਆ ਇਹਦੇ ਆਪਾਂ ਮੁੱਲ ਵੀ ਤੁਹਾਨੂੰ ਦੱਸਦਾਂ ਨੇ ਮੁੱਲੇ ਇਸ ਘੋੜੀ ਦਾ ਬਾਬਾ ਜੀ ਨੇ 1 ਲੱਖ 20000 ਰੁਪਏ ਰੱਖਿਆ ਬਾਕੀ ਬਾਬਾ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਜਿਵੇਂ ਹਿਠ ਤਾਂ ਹੋਊਗਾ ਜਿਵੇਂ ਮਾਨ ਤਨ ਕਹਿਣਗੇ ਬੰਦੇ ਆਪਾਂ ਕਰ ਦਾਂਗੇ ਵੀਡੀਓ ਚ ਆਪਾਂ ਘੋੜੀ ਤੁਹਾਨੂੰ ਹਰ ਪੱਖ ਤੋਂ ਦਿਖਾਤੀ ਚਾਲ ਦਿਖਾਤੀ ਇਹਦੀ ਤੋਰ ਕੇ ਦਿਖਾਤੀ ਘੋੜੀ ਬਾਕੀ ਜਿਸ ਸੱਜਣ ਮਿੱਤਰ ਨੂੰ ਘੋੜੀ ਇਹ ਪਸੰਦ ਹੋਈ ਬਾਬਾ ਜੀ ਕੋਲ ਜਾ ਕੇ ਆਪਦੀ ਚੈੱਕ ਕਰਕੇ ਚਾਲ ਵਗੈਰਾ ਤੇ ਤੁਸੀਂ ਘੋੜੀ ਇਹ ਲੈ ਸਕਦੇ ਹੋ 3 ਮਹੀਨਿਆਂ ਦੀ ਘੋੜੀ ਇਹ ਗੱਪਣ 59 ਇੰਚ ਹਾਈਟ ਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਬਾਬਾਈ ਦਾ ਨੰਬਰ ਆਪਾਂ ਵੀਡੀਓ ਚ ਦੇਤਾ ਤੇ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਵਾਸਤੇ